بسم اللہ الرحمن الرحیم اسائیں وقت موجود ہیں بیٹ اشرف تو سا اپنے موبائل کیمرے دی سکرین تے دیدے پئے ہو سو کہ ساری تو کچھ ہل جل تھل نظر انی پئی ہو سی 2022 دے سیلاب دے وچ وی ایتھا ایو کچھ سی کہ ایتھا جڑے کھڑیاں فصلان او زیر آب آ گیاں زائی تھی گیاں یعنی کہ کسان دا کافی سارا نقصان تھی گیا ہن سن 2023 دے وچ وی آ کنے ایو ہی صورتحال ہے کہ ایتھا جڑے گھاس آ رہے دے کنے یا جڑے ਇਹ ਟਾਈਮ ਮੌਜੂਦਾ ਹਿਸਾਬ ਕਿਤਾਬ ਦੇ ਫਸਲਾਂ ਨੁਰਾਧੀਆਂ ਖੜੀਆਂ ਹਨ ਤਕਰੀਬਨ ਖਤਮ ਥੀ ਚੁਕਣ ਚੋਂ ਕਿ ਤੁਸੀਂ ਦੇਦੇ ਪਏ 8 8 7 7 ਦਾਦਾ ਫੁੱਟ ਪਾਣੀ ਆ ਚੁਕੇ ਅਜਾ ਇਹਨੇ ਇੱਕੋ ਮੋਜ਼ਾ ਨਹੀਂ ਇਹਨੇ ਬੇਟ ਅਸ਼ਰਫ ਜੀ ਦਾ ਸਖਣ ਇਹਨਾਂ ਨਾਲ ਬੇਟ ਜਾਨ ਲਿਖਾਰੀ ਵੀਰਲ ਦੇ ਬੇਟ ਬਲੋਚ ਖਾਨ ਵੀਰਲ ਦੇ ਇਹਨਾਂ ਵਿੱਚ ਮختلف ਨਾਲ-ਨਾਲ ਦੇ ਜਰੇ ਵਸੇ ਵੀ ਬੇਟ ਇਹਨੂੰ ਵੀਰਲਦਨ ਉਹ ਵੀ ਤਕਰੀਬਨ ਸਾਰੇ ਦੇ ਸਾਰੇ ਬੁੱਢ ਚੁਕਣ ਹੁਣ ਸੂਰਤ ਹਾਲ ਇਹ ਕਿ ਅਗਰ ਜਿਵੇਂ ਹੀ ਇੱਕ ਮਨਸੂਬਾ ਸ਼ੁਰੂ ਥੀਂਦਾ ਪਿਆ ਕਿ ਬਈ ਜਿਹੜਾ ਤਾਂ ਇਹਨੇ ਮਵਾਜ਼ਿਆਤ ਕੋ ਅਸਾਂ ਮਤਲਬ ਹੈ ਕਿ ਇੱਕ ਸਿਪਰ ਬੰਦ ਦੇ ਜ਼ਰੀਏ ਇੱਕ ਇਹਨੇ ਕੋ ਕਵਰ ਕਰ ਗਿੰਸੂ ਤਾਂ ਕਿ ਆਉਣ ਵਾਲੇ ਦੌਰ ਦੇ ਵਿੱਚ ਮਜ਼ੀਦ ਦਰਿਆ ਦੀ ਤਬਾਹ ਕਰੇ ਗਨੇ ਬੱਚਾ ਵਾਂ ਸਕੇ ਲੇਕਿਨ ਚੋਂਕਿ ਹੁਣ ਇਹ ਟਾਈਮ ਤਾਂ ਮੌਸਮ ਦੇ ਲਿਹਾਜ਼ ਨਾਲ ਤਾਂ ਉਹ ਕੰਮ ਨਾ ਥੀ ਸਕਦਾ ਬਹਰਾਲ ਸੁਣਵਾਨ ਹੈ ਕਿ ਜਲਦ ਇ ਸੀਜ਼ਨ ਤੋਂ ਬਾਅਦ ਇਥਾ ਇਨੇ ਮਵਾਜ਼ਿਆਤ ਕੋ ਬਚਾਉਣ ਵਾਸਤੇ ਇੱਕ ਬਹੁਤ ਵੱਡਾ ਸੀ ਪਰਬੰਧ ਦਾ ਮਨਸੂਬਾ ਹੈ ਜਿਹੜਾ ਕਿ ਉਹਦਾ ਸਰਵੇ ਵੀ ਕੰਪਲੀਟ ਥੀ ਚੁਕੇ ਲੇਕਿਨ ਉਹ ਤਾਂ ਚਲੋ ਜਿਹਰੇ ਵੇਲੇ ਥੀ ਸੀਪੀਆ ਲੇਕਿਨ ਤੁਸੀਂ ਇ ਟਾਈਮ ਦੀ ਜਿਹੜੀ ਕਰੰਟ ਸਿਚੁਏਸ਼ਨ ਹੈ ਉਹ ਦੇ ਦੇ ਪਏ ਇਹ ਕਰੰਟ ਸਿਚੁਏਸ਼ਨ ਦੇ ਵਿੱਚ ਜਿੰਨੇ ਮਵਾਜ਼ਿਆਤ ਹਨ ਜਿੰਨੇ ਉਹਨੇ ਮਵਾਜ਼ਿਆਤ ਦੇ ਵਿੱਚ ਫਸਲਾਂ ਉਹ ਸਾਰੇ ਦੇ ਸਾਰੇ ਖਤਮ ਥੀ ਚੁਕੇ ਹਨ ਤਾਂ ਉਹਨੇ ਵਿੱਚ ਇਹ ਕਿ ਇਨੇ ਕਿਸਾਨਾਂ ਦਾ ਇਨੇ ਸ਼ੋਦੇ ਗਰੀਬਾਂ ਦਾ ਜਿਹੜੇ ਪੂਰਾ ਸਾਲ ਤਪਸ਼ਾ ਕਟੈਨ ਲੇਕਿਨ ਉਹਨੇ ਦਾ ਆ ਕੇ ਦੀ ਐਂਡ ਐ ਥੀਨੇ ਕਿ ਉਹਨੇ ਦਾ ਲੱਖੇ ਕਰੋੜੇ ਨੂੰ ਪੰਦਾ ਨੁਕਸਾਨ ਥੀ ਵਨੇ ਤੇ ਇਨੇ ਵਾਸਤੇ ਆਉਣ ਵਾਲੇ ਦੌਰ ਦੇ ਵਿੱਚ ਯਾਨੀ ਕਿ ਆਉਣ ਵਾਲੇ ਜਿਲ੍ਹੇ ਦਾ ਸੀਜ਼ਨ ਮੁੱਕ ਵੇ ਸੀ ਤਾਂ ਬੜਾ ਮਿਹਰਬਾਨੀ ਜਿਹੜਾ ਉਸੇ ਪਰ ਬੰਦਾ ਮਨਸੂਬਾ ਹੈ ਉਹ ਕੁ ਅਮਲੀ ਜਾਮਾ ਪਵਾਇਆ ਵਜੇ ਤਾਂ ਕਿ ਇਹ ਮਜ਼ੀਦ 2024 ਦੇ ਤਬਾਹ ਕਰੇ ਗਣ ਵੀ ਬਚ ਸਕਣ ਤੁਹਾਨੂੰ ਗੁਜ਼ਾਰਿਸ਼ ਹੈ ਕਿ ਵੀਡੀਓ ਨੂੰ ਜ਼ਿਆਦਾ ਕਿ ਜ਼ਿਆਦਾ ਸ਼ੇਅਰ ਕਰੇ ਸੋ ਇਕੋ ਤਾਂ ਕਿ ਆਲਾ ਹੁਕਾਮ ਤੱਕ ਵੀਡੀਓ ਬਣੇ ਔਰ ਇਨੇ ਦੇ ਮਾਮਲਤ ਦੇ ਉਤੇ ਇਨੇ ਦੇ ਜਿਹੜੇ ਨੁਕਸਾਨਾਤ ਹਨ ਮੌਮਕੈਨ ਇਨੇ ਦਾ ਕੋਈ ਅਜ਼ਾਲਾ ਥੀ ਸਕੇ ਔਰ ਅਸਾ ਇਹ ਵੀ ਇਸਤਾਦਾ ਕਰੇ ਸੋ ਆਪਣੇ ਫਾਲੋਅਰਸ ਕਰੇ ਕਿ ਇਤਨੇ ਮਾਮਲਤਾਂ ਦੇ ਵਿੱਚ ਤੁਸੀਂ ਇਨੇ ਦੀ ਆਵਾਜ਼ ਬਣ ਸੋ ਔਰ ਤੁਸੀਂ ਇਨੇ ਨੂੰ ਇਨੇ ਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੇ ਸੋ ਕਿਉਂਕਿ ਇਨੇ ਦਾ ਇਨ ਟਾਈਮ ਤੱਕ ਅੱਛਾ ਖਾਸਾ ਨੁਕਸਾਨ ਹੋ ਚੁੱਕੇ ਇਹ ਤੁਸੀਂ ਦੇਖਦੇ ਪਾਵੇ ਕਿ ਹੁਣ ਹੀ ਕਮੌਜ਼ੇ ਕਨੇ ਬੇਮੌਜ਼ੇ ਤੱਕ ਕਸ਼ਤੇ ਦੇ ਜ਼ਰੀਏ ਸਫ਼ਰ ਕੀਤਾ ਪਏ। ਹੀ ਕਸ਼ਤੀ ਡੋਵੈਨੀ ਪਈ ਉਹ ਉਡੋ ਉਹਨਾਂ ਕੋ ਉਤਾਰੇ ਔਰ ਉਹਨੂੰ 20 ਕਸ਼ਤੀਆਂ ਦੀ ਭੇਜੇ ਨੇ ਉੱਤੇ ਮਰਦ ਹਜ਼ਰਤ ਸਫ਼ਰ ਕਰਦੇ ਪੈਣ। ਇਹ ਹੇ ਕਮੌਜ਼ੇ ਕਨੇ ਬੇਮੌਜ਼ੇ ਤੱਕ ਕਸ਼ਤੇ ਤੱਕ ਸਵਾਰੀ ਹੈ। ਅਦਰਵਾਈਜ਼ ਜ਼ਮੀਨੀ ਰਸਤਾ ਇੰਨੇ ਦਾ ਤਕਰੀਬਨ ਖਤਮ ਥੀ ਚੁਕੇ। ਥੋੜਾ ਜਿਹਾ ਅਗਰ ਕਿਥਈ ਬੱਚਾ ਪਾਇਤਾ ਅਗੋ ਵਲਾ ਕਸ਼ਤੀ ਦੀ ਜ਼ਰੂਰਤ ਮਹਿਸੂਸ ਸੀ ਨੀ ਔਰ ਕਸ਼ਤੇ ਹੀ ਤਾਂ ਮੌਜੂਦ ਇਨ। ਲਿਹਾਜ਼ 아이 ਤਾਂ ਸਾਰੇ ਦਾ ਸਾਰਾ ਉਹਨਾਂ ਅੰਦਰੂਨ ਮਵਾਜ਼ਿਆਤ ਦੇ ਵਿੱਚ ਜਿੰਨਾ ਸਫਰ ਥਿੰਦਾ ਪਈਓ ਸਾਰੇ ਸਾਰਾ ਕਸ਼ਟੇ ਦੇ ਜ਼ਰੀਏ ਥਿੰਦਾ ਪਈ ਔਰ ਇਹ ਤੁਸੀਂ ਦੇਖੋ ਸਾਹਮਣੇ ਘਰ ਇਨ इने घर अगर इन दे तो घर अगरि झुंड जेको घर नज़र आहिनि त इन घर घरें चधारो टोटल पाणी आ चुके इन त ज़मीनी रस्ता खत्म थी चुके हूंअ असां अॻु ते वञी सघंदे अगरि अगर अॻु ते वञी सघूं हा त ला महाल तो तोखे अंदरूनी मनाज़ ॾिखूं हा लेकिन इतां हूं सारे वञण जो राह को जो असां वञी करे तोखे जिते मवाज़ियात ॿुढे खणनि असां उन मवाज़ियात दा तोखे विज़िट करवाऊं हा बहरहाल इहे कि ई टाइम तक ए बेट अशरफ की जितनी भी मतलब कच्चे की आबादी है सारी दी सारी जेरे आब आ चुकी है आठ अठा ढा बारह बारह फुट पानी आ चुके और इंदा जितने भी ई टाइम तक खत्म थी चुके हैं